स्वागत है तुहाडा साडे यूट्यूब चैनल ते। आओ जानदे हां पिंड शंकर दा ए नाम कदों किवें ते किथे पिया। तहसील नकोदर दा ए पिंड शंकर नकोदर फगवाड़ा सड़क ते स्थित चंडियाला तो 8 किलोमीटर ते नकोदर तो 7 किलोमीटर दी दूरी ते वसिया होया है। ਇਹ ਪਿੰਡ ਲੁਧਿਆਣੇ ਦੇ ਪਿੰਡ ਸ਼ੰਕਰ ਤੋਂ ਪੂਰੇ ਵਾਲੀਏ ਨੇ ਇੱਥੇ ਆ ਕੇ ਵਸਾਇਆ, ਜਿਸ ਕਰਕੇ ਇਸ ਦਾ ਨਾਂ ਸ਼ੰਕਰ ਪੈ ਗਿਆ। ਇੱਥੇ ਪੂਰੇਵਾਲ ਤੱਖਰ ਤੇ ਸੰਧੂ ਗੋਦ ਦੇ ਜੱਟਾਂ ਦੀ ਗਿਣਤੀ 80-85 ਫੀਸਦੀ ਹੈ। ਤੱਖਰ ਇੱਥੋਂ ਦੇ ਦੋਤੇ ਹਨ ਜੋ ਫਗਵਾੜੇ ਨੇੜੇ ਤੱਖਰ ਪਿੰਡ ਤੋਂ ਆ ਕੇ ਵਸੇ ਤੇ ਸੰਧੂ ਨੇੜੇ ਦੇ ਪਿੰਡ ਸ਼੍ਰੀ ਤੋਂ ਇੱਥੇ ਆ ਕੇ ਵਸੇ। ਕਿਹਾ ਜਾਂਦਾ ਹੈ ਕਿ ਸੰਧੂ ਅੱਗੋਂ ਤੱਖਰਾਂ ਦੇ ਦੋਤੇ ਹਨ ਜੋ ਅੰਮ੍ਰਿਤਸਰ ਦੇ ਭਿੱਖੀਵਿੰਡ ਕਸਬੇ ਤੋਂ ਇੱਥੇ ਆਏ। ਅੱਜ ਤੋਂ 6 ਸਦੀਆਂ ਪਹਿਲਾਂ ਜਦੋਂ ਮੁਰਨਾਥ ਸਾਹਿਬ ਨੇ ਇਹ ਪਿੰਡ ਬੰਨਿਆ ਤਾਂ ਨਾਲ ਹੀ ਵਰ ਦਿੱਤਾ ਕਿ ਇਸ ਪਿੰਡ ਵਿੱਚ ਇੱਕ ਪਾਸੇ ਕ੍ਰਿਸ਼ਨ ਦਾ ਅਖਾੜਾ ਵੱਜਦਾ ਰਹੇਗਾ ਤੇ ਦੂਜੇ ਪਾਸੇ ਗੋਪੀਆਂ ਦਾ ਨਾਚ ਹੋਇਆ ਕਰੇਗਾ। ਇਸ ਤਰ੍ਹਾਂ ਇੱਥੋਂ ਦੀ ਛਿੰਜ ਦਾ ਇਤਿਹਾਸ ਇੰਨਾ ਪੁਰਾਣਾ ਹੈ। ਕੱਤਕ ਦੇ ਮਹੀਨੇ 7ਵੇਂ ਨਰਾਤੇ ਤੋਂ ਪਿੰਡ ਵਿੱਚ ਇੱਕ ਪਾਸੇ ਕੋਲ ਤੇ ਦੂਜੇ ਪਾਸੇ ਗਿੱਧਾ ਸ਼ੁਰੂ ਹੋ ਜਾਂਦਾ ਹੈ ਜੋ ਲਗਾਤਾਰ 10 ਦਿਨ ਪੁੰਨਿਆ ਤੱਕ ਪੈਂਦਾ ਹੈ। 10 ਦਿਨਾਂ ਬਾਅਦ ਛਿੰਜ ਪੈਂਦੀ ਹੈ ਜਿਸ ਵਿੱਚ ਦੂਰ ਨੇੜੇ ਤੋਂ ਨਾਮੀ ਪਹਿਲਵਾਨ ਆਉਂਦੇ ਹਨ। ਸਦੀਆਂ ਤੋਂ ਇਹ ਰਵਾਇਤ ਚੱਲੀ ਆ ਰਹੀ ਹੈ। ਗਿੱਧੇ ਬੋਲੀਆਂ ਦੇ ਸ਼ੌਕੀਨ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਇੰਨੀ ਦਿਨੀ ਇਸ ਪਿੰਡ ਵਿੱਚ ਆਉਂਦੇ ਹਨ। ਪਿੰਡ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਇਹਨਾਂ ਦਿਨਾਂ ਵਿੱਚ ਕੁਝ ਅਣਹੋਣੀ ਨਹੀਂ ਵਾਪਰਦੀ, ਪਰ ਜੋ ਇਹਨਾਂ ਜਸ਼ਨਾਂ ਵਿੱਚ ਹਿੱਸਾ ਨਾ ਲਵੇ ਉਸਦੇ ਹੱਥਾਂ ਤੇ ਚੰਬਲ ਹੋ ਜਾਂਦੀ ਹੈ। ਛਿੰਜ ਵਾਲੀ ਥਾਂ ਤੇ ਜੋ ਮੰਦਿਰ ਹੈ ਉਸਦੀ ਬਹੁਤ ਮਾਨਤਾ ਹੈ। ਪਿੰਡ ਨੇ ਬਹੁਤ ਸਿਆਸਤਦਾਨ ਪੈਦਾ ਕੀਤੇ ਹਨ। ਸਰਦਾਰ ਸਰਵਨ ਸਿੰਘ ਸਾਬਕਾ ਵਿਦੇਸ਼ ਮੰਤਰੀ ਇਸੇ ਪਿੰਡ ਦੇ ਸਨ। ਗਦਰ ਲਹਿਰ ਦੇ ਫੇਲ ਹੋਣ ਸਮੇਂ ਸ਼ੰਕਰ ਦੇ ਕਰਤਾਰੇ ਨੇ ਗਦਰੀਆ ਦੀ ਬਹੁਤ ਮਦਦ ਕੀਤੀ। ਉਸਦਾ ਮੈਕਸੀਕੋ ਦੀ ਸਰਹੰਦ ਤੇ ਫਾਰਮ ਸੀ ਜਿੱਥੋਂ ਉਸਨੇ ਆਪਣੇ ਇੱਕ ਸਾਥੀ ਦਲੀਪ ਸਿੰਘ ਫਾਲਾ ਦੀ ਮਦਦ ਨਾਲ ਬਹੁਤ ਸਾਰੇ ਗਦਰੀਆਂ ਨੂੰ ਅਮਰੀਕਾ ਲੰਘਾਇਆ। ਮਾਂ ਸਾਹਿਬ ਵਿਆਹਣ ਜਾਂਦੇ ਹੋਏ ਗੁਰੂ ਅਰਜਨ ਦੇਵ ਜੀ ਇੱਥੇ ਰਹਿੰਦੇ ਪੰਜ ਪੀਰਾਂ ਕੋਲ ਠਹਿਰੇ ਸਨ। ਉਹਨਾਂ ਦੀ ਯਾਦ ਵਿੱਚ ਰੇਲਵੇ ਲਾਈਨ ਕੋਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇੱਥੇ ਹਰ ਮੱਸਿਆ ਨੂੰ ਮੇਲਾ ਲੱਗਦਾ ਹੈ ਜਿੱਥੇ ਦੂਰੋਂ ਦੂਰੋਂ ਲੋਕ ਇਸ਼ਨਾਨ ਕਰਨ ਆਉਂਦੇ ਹਨ। ਇੱਥੇ ਨਹਾਉਣ ਨਾਲ ਖਾਰਸ਼ ਮੌਕੇ ਤੇ ਫੋੜੇ ਫਿੰਸੀਆਂ ਨੂੰ ਆਰਾਮ ਆਉਂਦਾ ਹੈ। ਪਿੰਡ ਵਿੱਚ ਬਾਬਾ ਸੱਚਖੰਡ ਸ਼ਾਹ ਦੀ ਜਗ੍ਹਾ ਤੇ ਉਹਨਾਂ ਦੀ ਬਰਸੀ ਤੇ ਹਰ ਸਾਲ ਪੋਹ ਦੀ ਸੰਗਰਾਂਦ ਨੂੰ ਮੇਲਾ ਲੱਗਦਾ ਹੈ। ਵੰਡ ਵੇਲੇ ਇੱਥੇ ਕੋਈ ਖੂਨ ਖਰਾਬਾ ਨਹੀਂ ਹੋਇਆ। ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਧੰਨਵਾਦ।